ਕਿਸਾਨਾਂ ਦੇ ਵੱਲੋਂ G20 ਸੰਮੇਲਨ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ G20 ਸੰਮੇਲਨ ਦਾ ਵਿਰੋਧ ਕਰੇਗੀ ਅਗਲੇ ਸਾਲ ਭਾਰਤ ਦੇ ਵਿੱਚ G20 ਸੰਮੇਲਨ ਹੋਣ ਜਾ ਰਿਹਾ ਤੇ ਇਸ ਦੇ ਤਹਿਤ ਇੱਕ ਪ੍ਰੋਗਰਾਮ ਅੰਮ੍ਰਿਤਸਰ ਦੇ ਵਿੱਚ ਵੀ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਵੇਗਾ ਉਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਹਾਲਾਂਕਿ ਆਖਰੀ ਅਜੇ ਮੀਟਿੰਗ ਹੋਵੇਗੀ ਜਿਥੇ ਬੰਦੀ ਦੀ ਉਸ ਤੇ ਵਿੱਚ ਰੂਪਰੇਖਾ ਤੈਅ ਕੀਤੀ ਜਾਵੇਗੀ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੀਆਂ ਤੇ ਇਸ ਦੇ ਤਹਿਤ ਕਿਸਾਨਾਂ ਦਾ ਇਹ ਰੋਸ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਰਾਸ਼ੀ ਦਿੱਤੀ ਜਾ ਰਹੀ ਹੈ ਜ਼ਮੀਨਾਂ ਦੀ ਉਹ ਬਹੁਤ ਹੀ ਘੱਟ ਹੈ ਤੇ ਉਸ ਦਾ ਸਹੀ ਮੁੱਲ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਜੀ ਵੀ ਦੇਸ਼ਾਂ ਦੇ ਜਿਹੜਾ ਇੱਕ ਸਮੇਲਨ ਹੋ ਰਿਹਾ 200 ਥਾਵਾਂ ਤੇ ਪੰਜਾਬ ਦੇ ਵਿੱਚ ਪੋਡੇ ਅੰਮ੍ਰਿਤਸਰ ਚ ਵੀ ਹੈ ਅੰਮ੍ਰਿਤਸਰ ਪੰਜਾਬ ਉਹ ਅੰਮ੍ਰਿਤਸਰ ਵੀ ਹੋ ਰਿਹਾ ਤੇ ਦੇਸ਼ ਦੇ ਵਿੱਚ 200 ਥਾਵਾਂ ਤੇ 50 ਚਹਰਾ ਚ ਹੋ ਰਿਹਾ ਇਹ ਆਪਣੇ ਫਰਵਰੀ ਮਾਰਚ ਦੇ ਵਿੱਚ ਸਾਡੀ ਮੰਗ ਹੈ ਪਿਓ ਰੱਦ ਕੀਤੀ ਜਾਣ ਇਹ ਕਿਸਾਨਾਂ ਦਾ ਤਾਂ ਹੁਣੀ ਵਿਰੋਧ ਸ਼ੁਰੂ ਕਰਤਾ ਦਾ ਮਤਲਬ ਹੈ ਅਸੀਂ ਜਿਹੜਾ ਉਹ ਬਹੁਤ ਵੱਡਾ ਕਿਸਾਨਾਂ ਤੇ ਜਾਣਾ ਵਾ ਕਿਉਂਕਿ ਜਿਹੜੇ ਤਬਾਦ ਉਹਨਾਂ ਦੇ ਉਹ 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 ਉਹਨਾਂ ਨੂੰ ਸਬਸਿਡੀਆਂ ਮਿਲਦੀਆਂ ਅਮਰੀਕਾ ਨੂੰ 60556 ਡਾਲਰ ਜਿਹੜਾ ਕਿਸਾਨ ਨੂੰ ਇੱਕ ਪ੍ਰਤੀ ਕਿਸਾਨ ਨੂੰ ਸਾਲ ਚ ਦੇ ਰਹੇ ਆ ਸਬਸਿਡੀ ਤੇ ਭਾਰਤ ਕਿੰਨੀ ਦੇ ਰਿਹਾ 227 ਡਾਲਰ ਇੱਕ ਕਿਸਾਨ ਨੂੰ ਇਸ ਕਰਕੇ ਇਹ ਮੁਕਾਬਲਾ ਨਹੀਂ ਕਰ ਸਕਗੇ ਇੱਕ ਬੰਨੇ 100 ਕਿਲੋ ਦਾ ਪਹਿਲਵਾਨ ਇੱਕ ਬੰਨੇ 5 ਕਿਲੋ ਦਾ ਪਹਿਲਵਾਨ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੋਊਗਾ ਇੱਥੇ ਜਿਹੜਾ ਆਪਣੇ ਹੈਗੇ ਕਿਸਾਨ ਵੀ ਜਿਹੜੇ ਉਜੜ ਜਾਣਗੇ ਕਿਸਾਨਾਂ ਦਾ ਕਿੱਤਾ ਨਾ ਝਾੜਨਾ ਵਾ ਸਾਇਕ ਤੰਦਿਆਂ ਵਾਲੇ ਜਿਹੜੇ ਆ ਦੁੱਧ ਪੈਦਾ ਕਰਦੇ ਆ ਸਬਜ਼ੀ ਪੈਦਾ ਕਰਦੇ ਆ ਜਾਂ ਕੋ ਹੋਰ ਵਾਂਡੇ ਪੈਦਾ ਕਰਦੇ ਆ ਕੁਕੜੀਆਂ ਰੱਖੀਆਂ ਹੋਈਆਂ ਵਾ ਜਾਂ ਹੋਰ ਕੋਈ ਵੀ ਸਾਇਕ ਤੰਦਾ ਕਰਦੇ ਆ ਮੱਛੀ ਪਾਲਦੇ ਆ ਉਹ ਸਾਰੇ ਬਰਬਾਦ ਹੋ ਜਾਣਗੇ ਜੀ 20 ਤੋਂ ਡੇ ਅੰਮ੍ਰਿਤਸਰ ਚੋਂ ਆਲਾ ਵਿਰੋਧ ਕਰੋਗੇ ਇਸ ਦਾ ਮਤਲਬ ਕਿਸਾਨ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਜੀ 20 ਦਾ ਵਿਰੋ ਜਿਹੜੀ ਅੰਮ੍ਰਿਤਸਰ 'ਚ ਹੋ ਰਿਹਾ ਸਾਡੀ ਅਗਲੀ ਮੀਟਿੰਗ ਲੱਗੂਗੀ ਅਸੀਂ ਇਹਦਾ ਬਿਲਕੁਲੋਂ ਜਿੜਾਵਾ ਉਹ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਜੋ ਵੀ ਫੈਸਲਾ ਆਊਗਾ ਉਹਦੇ ਹਿਸਾਬ ਨਾਲ ਅਸੀਂ ਇਹਦਾ ਵਿਰੋਧ ਕਰਾਂਗੇ ਅਸੀਂ ਜਮਦੇ G20 ਦੇ ਵਿੱਚ ਜਿਹੜੇ ਮੁਲਕ ਆ ਰਹੇ ਆ ਉਹਨਾਂ ਦੀਆਂ ਕੰਪਨੀਆਂ ਭਾਰਤ ਵਿੱਚ ਆਉਣਗੀਆਂ ਸਾਡਾ ਗਰੀਬ ਮੁਲਕ ਹੈਗਾ ਪਹਿਲੋਂ ਸਾਡੇ ਕੋ ਜਿਹੜਾ ਬਾ ਉੱਥੇ ਇੰਪਲॉयਮੈਂਟ ਨਹੀਂ ਹੈਗੀ ਤਾਂ ਉਹ ਮੁਲਕਾਂ ਦੇ ਜਿਹੜੇ ਉਤਪਾਦ ਆ ਕੇ ਸਾਡੇ ਬਾਜ਼ਾਰ ਵਿੱਚ ਵਿਕਣਗੇ ਤਾਂ ਉਹ ਸਾਡੇ ਉਤਪਾਦਾਂ ਤੇ ਬਹੁਤ ਅਸਰ ਪੈਣਗੇ ਕਿਉਂਕਿ ਅਮਰੀਕਾ WTO ਦੀ ਨੀਤੀ ਕਹਿੰਦੀ ਹੈ ਵੀ ਤੁਸੀਂ 10% ਤੋਂ ਵੱਧ ਫਸਲ ਖਰੀਦ ਨਹੀਂ ਸਕਦੇ ਉਹੀ ਸਾਡੇ ਤੇ ਲਾਗੂ ਆ ਤਾਂ ਇਸ ਕਰਕੇ ਜਿਹੜੇ سرمایہਦਾਰ ਮੁਲਕ ਆ ਆਪਣੇ ਬਾਜ਼ਾਰ ਵੱਜੋਂ ਭਾਰਤ ਨੂੰ ਵਰਤ ਰਹੇ ਆ ਤੇ ਉਹਦਾ ਸੰਬੋਲਕ ਤੌਰ ਤੇ ਵਿਰੋਧ ਕਰਨ ਦੇ ਮਨ ਵਿਚਾਰਤਾ ਹੈਗੇ ਆ ਪਰ ਇਹ ਹੁਣ ਫੈਸਲਾ ਕਿ ਚਾ ਕਿ ਹੋਊਗਾ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਵਿਰੋਧ ਕਰਨਾ ਹੀ ਨਹੀਂ ਕਰਨਾ ਇਹਦੇ ਬਾਰੇ ਪਤਾ ਨਹੀਂ ਦੂਜੀ ਪਾਸੇ ਕਹਿੰਦੇ ਸਿੰਬੋਲਿਕ ਤੌਰ ਤੇ ਵਿਰੋਧ ਕਰਨਾ ਦੇਖੋ ਵਿਅਕਤੀਗਤ ਮੇਰੀ رائے ਹੋ ਸਕਦੀ ਹੈ ਪਰ ਇਹ ਮੇਰੀ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਨਾ ਕਿਉਂਕਿ ਪ੍ਰਧਾਨ ਸਾਹਿਬ ਵੀ ਸਰਵੋੱਚੀ ਹੁੰਦੇ ਕਿਸੇ ਯੂਨਿਟ ਦੇ ਨਹੀਂ ਉਹ ਪ੍ਰਧਾਨ ਸਾਹਿਬ ਦੀ ਵਿਅਕਤੀਗਤ ਹੀ ਰਾਏ ਸਦਾ ਜਥੇਬੰਦੀ ਸੂਬਾ ਕਮੇਟੀ ਚ ਫੈਸਲਾ ਹੋਊਗਾ ਵੀ ਕੀ ਉਹਦੇ ਪਿੱਛੇ ਥੋੜ ਸਤਤ ਵੀ ਲੱਭਾਂਗੇ ਵੀ ਵਿਰੋਧ ਕਰਨ ਦੇ ਸਾਡੇ ਕਾਰਨ ਕੀ ਹੈਗੇ ਪੂਰਾ ਆਪਦਾ ਹਵਾਲਾ ਦਾਂਗੇ ਕੀਤਾ ਜਾ ਸਕਦਾ ਸੰਭਾਵਨਾ ਰੱਖੀ ਪਰ ਇਹ ਫੈਸਲਾ ਹਾਲੇ ਹੋਇਆ ਨਹੀਂ ਹੈਗਾ ਰੂਪਰੇਖਾ ਤਾ ਹੈ ਟੀਮ ਚ ਰੱਖੂਗਾ ਅੱਗੇ ਹੁਣ ਫੈਸਲਾ ਜ਼ਰੂਰ ਤਸੂਬੇ ਨੇ ਕਰਨਾ ਉਹਦੇ ਪਿੱਛੇ ਹੋਰ ਤੱਤ ਠੋਸ ਰੂਪ ਵਿੱਚ ਆਉਣਗੇ ਦੇਖੋ ਸਪਸ਼ਟ ਹੈ ਵੀ ਅਮਰੀਕਾ ਹੋ ਜਾਏ ਜਾਪਾਨ ਹੋ ਜਾਏ ਜਰਮਨੀ ਹੋ ਜਾਏ ਚੀਨ ਹੋ ਜਾਏ ਰਸ਼ੀਆ ਹੋ ਜਾਏ ਵੱਡੇ ਮੁਲਕ ਨੇ ਔਰ ਡੋਮਿਨੇਟ ਕਰਦੇ ਨੇ ਪੂਰੀ ਦੁਨੀਆ ਨੂੰ ਔਰ ਉਹਨਾਂ ਦੀਆਂ ਨੀਤੀਆਂ ਪੂਰੀ ਦੁਨੀਆ ਤੇ ਲਾਗੂ ਹੋ ਰਹੀਆਂ ਉਹਦੇ ਕਰਕੇ ਅਸੀਂ ਸਫਰ ਕਰ ਰਹੇ ਹਾਂ ਤਾਂ ਕਿਉਂ ਨਾ ਪਹਿਲੋਂ ਪਤਾ ਪਰ ਫਿਰ ਵੀ ਹਜੇ ਫੈਸਲਾ ਨਹੀਂ